ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ। ਇਸ ਵਾਰ ਬਜਟ ਵਿੱਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ 'ਤੇ ਫੋਕਸ ਦੇਖਿਆ ਜਾ ਸਕਦਾ ਹੈ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਸਰੇ ਪਾਸੇ ਗਲੋਬਲ ਅਰਥ ਵਿਵਸਥਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਮਹਿੰਗਾਈ ਘੱਟ ਰਹੀ ਹੈ ਅਤੇ 4% ਦੇ ਟੀਚੇ ਵੱਲ ਵੱਧ ਰਹੀ ਹੈ। ਇਸ ਬਜਟ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਦੇ ਹਿੱਤ ਵਾਲਾ ਬਜਟ ਦੱਸਿਆ ਹੈ। ਇਸ ਬਜਟ ਵਿੱਚ ਕਿਸ ਵਰਗ ਨੂੰ ਕੀ ਕੁਝ ਮਿਲਿਆ, ਆਓ ਮਾਰਦੇ ਹਾਂ ਇੱਕ ਝਾਤ। ਕਮਿੰਗ ਟੂ ਪਰਸਨਲ ਇਨਕਮ ਟੈਕਸ ਰੇਟਸ, ਆਈ ਹੈਵ ਟੂ ਅਨਾਊਂਸਮੈਂਟਸ ਟੂ ਮੇਕ ਫੋਰ ਦੋਸ ਆਪਟਿੰਗ ਫੋਰ ਦ ਨਿਊ ਟੈਕਸ ਰਜੀਮ। ਫਸਟ, ਦ ਸਟੈਂਡਰਡ ਡਿਡਕਸ਼ਨ ਫੋਰ ਸੈਲਰੀਡ ਇੰਪਲੋਈਜ਼ ਇਜ਼ ਪ੍ਰੋਪੋਜ਼ਡ ਟੂ ਬੀ ਇਨਕਰੀਸਡ ਫਰੋਮ 50,000 ਟੂ 75,000 ਰੁਪੀਸ। Similarly, deduction on family pension for pensioners is proposed to be enhanced from 15,000 to 25,000 rupees. This will provide relief to about 4 crore salaried individuals and pensioners. Second, in the new tax regime, the tax rate structure is proposed to be revised as follows: 0 to 3 lakh rupees, nil; 3 to 7 lakh rupees, 5%; 7 to 10 lakh rupees, 10%; 10 to 12 lakh rupees, 15%; 12 to 15 lakh rupees, 20%; and above 15 lakh rupees, 30%. As a result of these changes, a salaried employee in the new tax regime stands to save up to 17,500 rupees in income tax. ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ 5 ਸਾਲਾਂ ਲਈ ਵਧਾਇਆ ਗਿਆ, ਜਿਸ ਨਾਲ 80 ਕਰੋੜ ਲੋਕਾਂ ਨੂੰ ਲਾਭ ਹੋਵੇਗਾ। 5 ਸਾਲਾਂ 'ਚ 2 ਲੱਖ ਕਰੋੜ ਰੁਪਏ ਦੀ ਵੰਡ ਨਾਲ 4.1 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਵਿੱਤ ਸਾਲ 2024-25 ਦੇ ਬਜਟ ਵਿੱਚ ਸਿੱਖਿਆ, ਰੋਜ਼ਗਾਰ ਅਤੇ ਹੁਨਰ ਲਈ 1.48 ਲੱਖ ਕਰੋੜ ਰੁਪਏ ਦਾ ਪ੍ਰਬੰਧ। ਅਗਲੇ 2 ਸਾਲਾਂ ਵਿੱਚ ਦੇਸ਼ ਭਰ ਵਿੱਚ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਲੋਨ 'ਤੇ 3% ਦੀ ਮਿਲੇਗੀ ਛੋਟ ਅਤੇ ਮਿਲੇਗਾ ਈ ਵਾਊਚਰ। ਰੋਜ਼ਗਾਰ ਹੁਨਰ ਵਿਕਾਸ ਲਈ 5 ਯੋਜਨਾਵਾਂ ਦੇ ਪੈਕੇਜ ਦਾ ਐਲਾਨ, ਸਰਕਾਰ ਖਰਚੇਗੀ 2 ਲੱਖ ਕਰੋੜ। ਸੋਨਾ ਚਾਂਦੀ, ਮੋਬਾਈਲ ਫੋਨ, ਸੋਲਰ ਸਿਸਟਮ ਅਤੇ ਕੈਂਸਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ। ਵਿੱਤ ਮੰਤਰੀ ਨੇ 30 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਸ਼ਹਿਰਾਂ ਲਈ ਟ੍ਰਾਂਜ਼ਿਟ ਆਧਾਰਿਤ ਵਿਕਾਸ ਯੋਜਨਾ ਦਾ ਪ੍ਰਸਤਾਵ ਕੀਤਾ। ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਗਰੀਬਾਂ ਦੇ ਵਿਕਾਸ ਲਈ ਵੱਖ ਵੱਖ ਸਕੀਮਾਂ ਰਾਹੀਂ ਲਾਭ ਪਹੁੰਚਾਇਆ ਜਾਵੇਗਾ। 6 ਕਰੋੜ ਕਿਸਾਨਾਂ ਦੀ ਜਾਣਕਾਰੀ ਜ਼ਮੀਨ ਦੀ ਰਜਿਸਟਰੀ ਤੱਕ ਪਹੁੰਚਾਈ ਜਾਵੇਗੀ। ਨਵਾਂ ਟੈਕਸ ਰਜੀਮ, ਸਟੈਂਡਰਡ ਡਿਡਕਸ਼ਨ ਵੱਧ ਕੇ ਹੋਇਆ 7500। ਉੱਚ ਸਿੱਖਿਆ ਲਈ 10 ਲੱਖ ਤੱਕ ਦਾ ਮਿਲੇਗਾ ਲੋਨ। ਉੱਧਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਇਸ ਬਜਟ 'ਤੇ ਜਿੱਥੇ ਵਿਰੋਧੀਆਂ ਨੇ ਸਵਾਲ ਉਠਾਏ ਹਨ, ਉੱਥੇ ਹੀ ਫਗਵਾੜਾ ਦੇ ਵਾਸੀਆਂ ਦਾ ਕੀ ਕਹਿਣਾ ਹੈ ਇਸ ਬਜਟ ਬਾਰੇ, ਜ਼ਰਾ ਤੁਸੀਂ ਵੀ ਸੁਣੋ। ਅੱਜ ਜਿਹੜਾ ਬਜਟ ਆ ਸੈਂਟਰਲ ਗਵਰਨਮੈਂਟ ਲੈ ਕੇ ਆਈ ਹੈ, ਉਹਦੇ 'ਚ ਕੁਛ ਚੇਂਜਸ ਹੋਏ ਆ। ਇਨਕਮ ਟੈਕਸ ਵਿੱਚ ਚੇਂਜਸ ਇੱਦਾਂ ਹੈਗੇ ਆ ਕਿ ਜਿਹੜੇ ਸੈਲਰੀਡ ਇੰਪਲੋਈਜ਼ ਹੁੰਦੇ ਆ ਉਹਨਾਂ ਨੂੰ ਨਵੀਂ ਸਕੀਮ ਵਿੱਚ 50,000 ਦੀ ਇੱਕ ਸਟੈਂਡਰਡ ਡਿਡਕਸ਼ਨ ਮਿਲਦੀ ਸੀਗੀ।
ਉਹ ਲਿਮਿਟ ਉਹਨਾਂ ਨੇ 50,000 ਤੋਂ ਵਧਾ ਕੇ 75,000 ਦੀ ਕਰ ਦਿੱਤੀ ਹੈ। ਅਤੇ ਪਾਰਟਨਰਸ਼ਿਪ ਫਰਮਸ ਲਈ ਇੱਕ ਮੇਜਰ ਚੇਂਜਿਸ ਆਇਆ ਕਿ ਪਾਰਟਨਰਸ਼ਿਪ ਫਰਮ ਜਿਹੜੀਆਂ ਹੁੰਦੀਆਂ ਉਹ ਆਪਣੇ ਪਾਰਟਨਰ ਨੂੰ ਸੈਲਰੀ ਅਤੇ ਇੰਟਰਸਟ ਜਾਂ ਬੋਨਸ ਜਾਂ ਕਮਿਸ਼ਨ ਦਿੰਦੀਆਂ ਅਤੇ ਉਸ ਅਮਾਊਂਟ 'ਤੇ TDS ਕੱਟਣਾ ਪਏਗਾ। ਹੁਣ ਜਿਹੜੀ ਵੀ ਪਾਰਟਨਰਸ਼ਿਪ ਫਰਮ ਆਪਣੇ ਪਾਰਟਨਰਸ ਨੂੰ ਸੈਲਰੀ ਇੰਟਰਸਟ ਬੋਨਸ ਦਿੰਦੀਆਂ ਅਤੇ 20,000 ਤੋਂ ਜ਼ਿਆਦਾ ਜੇ ਅਮਾਊਂਟ ਹੈ ਤਾਂ 10% TDS ਲੱਗੇਗਾ ਉਹਦੇ 'ਤੇ। ਅਤੇ ਇਹਦੇ ਨਾਲ ਸਾਰੀਆਂ ਛੋਟੀਆਂ ਤੋਂ ਵੱਡੀਆਂ ਜਿਹੜੀ ਵੀ ਪਾਰਟਨਰਸ਼ਿਪ ਫਰਮਸ ਹੈਗੀਆਂ ਸਾਰਿਆਂ ਨੂੰ 10 ਨੰਬਰ ਲੈਣਾ ਪਏਗਾ ਅਤੇ TDS ਦੀ ਕੰਪਲਾਈਂਸ ਕਰਨੀ ਪਏਗੀ। ਸਾਰੇ ਮਿਡਲ ਕਲਾਸ ਨੂੰ ਕਿੱਦਾਂ ਦਾ ਬਜਟ ਲੱਗ ਰਿਹਾ? ਮਿਡਲ ਕਲਾਸ ਲਈ ਕੋਈ ਖਾਸ ਬੈਨੀਫਿਟ ਨਹੀਂ ਮਿਲਿਆ ਇਹਦੇ ਵਿੱਚ। ਕੋਈ ਟੈਕਸ ਦੇ ਜਿਹੜੇ ਇਨਕਮ ਟੈਕਸ ਦੇ ਰੇਟ ਹੈਗੇ ਆ ਉਹ ਕੋਈ ਚੇਂਜ ਜ਼ਿਆਦਾ ਨਹੀਂ ਕੀਤੇ ਗਏ। ਨਿਊ ਸਕੀਮ ਵਿੱਚ ਥੋੜ੍ਹੇ ਜਿਹੇ ਬਦਲਾਵ ਕੀਤਾ ਗਿਆ ਟੈਕਸ ਰੇਟ ਵਿੱਚ, ਅਤੇ ਪੁਰਾਣੀ ਸਕੀਮ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ। ਕੋਈ ਡਿਡਕਸ਼ਨ ਦਾ ਕੋਈ ਐਕਸਟਰਾ ਬੈਨੀਫਿਟ ਜਿਹੜਾ ਪਹਿਲਾਂ 1.5 ਲੱਖ ਰੁਪਏ TCE ਵਿੱਚ ਹੁੰਦਾ ਸੀ ਪੁਰਾਣੀ ਸਕੀਮ ਵਿੱਚ, ਕੋਈ ਉਹ ਵਧਾਇਆ ਨਹੀਂ ਗਿਆ। ਅਤੇ ਹੋਰ ਕੋਈ ਮਿਡਲ ਕਲਾਸ ਲਈ ਕੋਈ ਖਾਸ ਬੈਨੀਫਿਟ ਨਹੀਂ ਹੈ ਇਹਦੇ ਵਿੱਚ। ਇਹ ਮੈਂ ਇਹ ਕਹਿਣਾ ਚਾਹਾਂਗੀ ਜੇ ਸ਼ੇਅਰ ਮਾਰਕੀਟ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਲਈ ਟੈਕਸ ਦਾ ਵਧਾ ਦਿੱਤਾ ਗਿਆ। ਜਿਹੜੇ ਸ਼ੇਅਰ ਆਪਾਂ ਖਰੀਦ ਕੇ ਅਤੇ 1 ਸਾਲ ਰੱਖ ਕੇ ਵੇਚਦੇ ਸੀਗੇ, ਲੌਂਗ ਟਰਮ ਗਿਣਦੇ ਕਿਹਾ ਜਾਂਦਾ ਸੀ ਉਹਨਾਂ ਨੂੰ, ਉਹਨਾਂ 'ਤੇ 10% ਟੈਕਸ ਅੱਗੇ ਲੱਗਦਾ ਸੀਗਾ, ਉਹਨੂੰ ਵਧਾ ਕੇ 12.5% ਕਰ ਦਿੱਤਾ ਗਿਆ। ਅਤੇ ਜਿਹੜੇ 1 ਸਾਲ ਤੋਂ ਪਹਿਲਾਂ ਵੇਚ ਦੇਈਦੇ ਆ ਸ਼ੇਅਰ ਅਤੇ ਉਹ ਸ਼ੋਰਟ ਟਰਮ ਕੈਪੀਟਲ ਗੇਨ ਉੱਤੇ ਲੱਗਦਾ ਸੀਗਾ, ਅਤੇ ਉਹ ਰੇਟ ਹੁਣ 15% ਤੋਂ ਵਧਾ ਕੇ 20% ਕਰ ਦਿੱਤਾ ਗਿਆ। ਅੱਜ ਦਾ ਜਿਹੜਾ ਬਜਟ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹੈ ਉਹਦੇ ਵਿੱਚ ਕੋਈ ਖਾਸ ਰਿਲੀਫ ਜਿਹੜਾ ਹੈ ਮਿਡਲ ਕਲਾਸ ਫੈਮਿਲੀ ਨੂੰ ਨਹੀਂ ਮਿਲੀ ਹੈ। ਥੋੜ੍ਹੀ ਜਿਹੀ ਉਹਨਾਂ ਨੇ ਸਟੈਂਡਰਡ ਡਿਡਕਸ਼ਨ ਵਿੱਚ 50,000 ਤੋਂ ਵਧਾ ਕੇ 75,000 ਰੁਪਏ ਕੀਤੀ ਹੈ, ਔਰ ਨਿਊ ਰਜੀਮ 'ਚ ਕੁਛ ਲੈਬ ਰੇਟ ਚੇਂਜ ਹੈ, ਬਟ ਕੋਈ ਖਾਸ ਉਹਦੇ ਨਾਲ ਨਿਊ ਜਿਹੜੇ ਮਿਡਲ ਕਲਾਸ ਫੈਮਿਲੀ ਉਹਨਾਂ ਨੂੰ ਫੈਮਿਲੀ ਨੂੰ ਫਾਇਦਾ ਹੋਣ ਵਾਲਾ ਨਹੀਂ ਹੈ। ਅਤੇ ਜਿਹੜੇ ਓਲਡ ਰਜੀਮ ਸੀ ਉਹਦੇ 'ਚ ਸਰਕਾਰ ਨੇ ਕੋਈ ਵੀ ਚੇਂਜ ਨਹੀਂ ਕੀਤੀ ਹੈ। ਅਤੇ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਟੈਕਸ ਸਲੇਬ ਦੇ ਰੇਟਸ ਜਿਹੜੇ ਹੈ ਜਿੱਥੇ ਉਹਨਾਂ ਨੇ ਲਿਮਿਟ ਜਿਹੜੀ ਹੈ ਉਹ ਉਹਨੂੰ ਕੋਈ ਖਾਸ ਫਰਕ ਨਹੀਂ ਪਾਇਆ ਹੈ। ਇਸ ਕਰਕੇ 3 ਲੱਖ ਤੱਕ ਇਹਨਾਂ ਨੇ ਇਨਕਮ ਟੈਕਸ ਨੂੰ ਫਰੀ ਕੀਤਾ, ਇਨਕਮ ਨੂੰ ਇਹਨੂੰ ਵਧਾ ਕੇ 5 ਲੱਖ ਤੱਕ ਫਰੀ ਕੀਤਾ ਜਾਵੇ ਜਿਹੜੀ ਟੈਕਸ ਫਰੀ ਇਨਕਮ ਹੈ, ਔਰ ਟੈਕਸ ਸਲੇਬ ਰੇਟਸ ਜਿਹੜੇ ਹੈ ਇਹਨਾਂ ਨੂੰ ਹੋਰ ਫਲੈਕਸੀਬਲ ਬਣਾ ਕੇ ਜਿਹੜਾ ਮਿਡਲ ਕਲਾਸ ਫੈਮਿਲੀ ਹੈ ਉਹਨਾਂ ਲਈ ਜੈਨੂਇਨ ਬਣਾਇਆ ਜਾਵੇ। ਥੈਂਕ ਯੂ। ਹਾਂਜੀ ਸਰ, ਜਿਹੜਾ ਇੱਕ ਸੈਂਟਰ ਸਰਕਾਰ ਵੱਲੋਂ ਅੱਜ ਇੱਕ ਬਜਟ ਆਇਆ, ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ? ਬਜਟ ਜੋ ਲੋਕਾਂ ਦੇ ਵਿੱਚ ਸੁਣਨ 'ਚ ਨੂੰ ਮਿਲ ਰਿਹਾ ਵੀ ਇਸ ਬਜਟ ਦਾ ਕੋਈ ਬੈਨੀਫਿਟ ਨਹੀਂ ਹੋਣਾ, ਇਹਦੇ ਵਿੱਚ ਚਲੋ ਇੱਕ ਦੋ ਚੀਜ਼ਾਂ 'ਚ ਵਾਧਾ ਕੀਤਾ ਵੀ 3 ਲੱਖ ਤੋਂ 7 ਲੱਖ ਤੱਕ 5% ਕਰਤਾ, 7 ਲੱਖ ਤੋਂ 10 ਲੱਖ ਤੱਕ 10% ਕਰਤਾ, ਸੈਲਰੀ ਵਾਲਿਆਂ ਨੂੰ 25,000 ਦੀ ਡਿਡਕ ਦਿੱਤੀ ਹੋਰ ਛੋਟ, ਅਤੇ ਕੈਪੀਟਲ ਗੇਨ ਵਾਲਿਆਂ ਦਾ ਨੁਕਸਾਨ ਕਰਤਾ। ਇਸ ਕਰਕੇ ਬਜਟ 'ਚ ਨਾ ਇਹਨਾਂ ਨੇ ਕੁਛ ਲਿਆ ਅਤੇ ਨਾ ਸਾਨੂੰ ਕੁਛ ਦਿੱਤਾ। ਸਰ, ਮਿਡਲ ਕਲਾਸ ਨੂੰ ਕਿੱਦਾਂ ਦਾ ਲੱਗਾ? ਮਿਡਲ ਕਲਾਸ ਨੂੰ ਤਾਂ ਇਹ ਸ਼ੁਰੂ ਤੋਂ ਰੋਲੇ ਜਾਂਦੇ ਆ, ਅਤੇ ਹੁਣ ਵੀ ਇਹਨਾਂ ਨੇ ਮਿਡਲ ਕਲਾਸ ਦਾ ਕੋਈ ਬਹੁਤਾ ਖਿਆਲ ਨਹੀਂ ਰੱਖਿਆ। ਹਾਂਜੀ ਸਰ, ਜਿਹੜਾ ਅੱਜ ਸੈਂਟਰ ਸਰਕਾਰ ਵੱਲੋਂ ਬਜਟ ਪਾਸ, ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ? ਮੇਰਾ ਇਹ ਮੰਨਣਾ ਹੈ ਕਿ ਜਿਹੜਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਉਸ ਦੇ ਵਿੱਚ ਹਰ ਰਾਜ ਦਾ ਧਿਆਨ ਨਹੀਂ ਦਿੱਤਾ ਗਿਆ, ਸਿਰਫ ਇੱਕ ਗੱਠਜੋੜ ਦੀ ਰਾਜਨੀਤੀ ਨੂੰ ਦੇਖਦਿਆਂ ਹੋਇਆਂ ਨਿਤੀਸ਼ ਕੁਮਾਰ ਨੂੰ ਖੁਸ਼ ਕਰਨ ਲਈ ਬਿਹਾਰ ਨੂੰ ਵੱਡਾ ਪੈਕੇਜ ਦਿੱਤਾ, ਆਂਧਰ ਪ੍ਰਦੇਸ਼ ਨੂੰ ਪੈਕੇਜ ਦਿੱਤਾ, ਪੰਜਾਬ ਜਿਹੜਾ ਕਿ ਬਹੁਤ ਇੱਕ ਅੱਛਾ ਮੰਨਿਆ ਜਾਣਾ ਸੂਬਾ ਹੈ ਔਰ ਖੇਤੀ ਪ੍ਰਧਾਨ ਹੈ ਔਰ ਪੂਰੇ ਦੇਸ਼ ਨੂੰ ਜਿਹੜਾ ਅਨਾਜ ਦਿੰਦਾ, ਉਸਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ। ਉਸ ਦੇ ਨਾਲ ਨਾਲ ਜਿਹੜਾ ਮਿਡਲ ਮੈਨ ਨੇ ਬਹੁਤ ਸਾਰੀਆਂ ਆਸਾਂ ਲਗਾਈਆਂ ਸੀ, ਉਸਨੂੰ ਵੀ ਕੋਈ ਕੁਛ ਖਾਸ ਮਿਲਿਆ ਨਹੀਂ ਦਿਖਿਆ ਹੈਗਾ। ਇੱਕ ਛਲਾਵਾ ਹੀ ਆ, ਜਿਹੜੀ ਇਨਕਮ ਟੈਕਸ ਸੀ ਥੋੜ੍ਹਾ ਬਹੁਤ ਬਦਲਾਵ ਕੀਤੇ ਆ, ਉਹਦੇ ਨਾਲ ਕੈਪੀਟਲ ਗੇਨ 'ਚ ਬਦਲਾਵ ਆਇਆ ਲੌਂਗ ਟਰਮ ਦੇ ਵਿੱਚ, ਸ਼ੋਰਟ ਟਰਮ 'ਚ ਉਹਦੇ ਨਾਲ ਇੱਕ ਆਮ ਵਿਅਕਤੀ ਨੂੰ ਕੋਈ ਖਾਸ ਫਾਇਦਾ ਨਹੀਂ ਹੋਣ ਵਾਲਾ। ਕੁੱਲ ਮਿਲਾ ਕੇ ਬਜਟ ਜਿਹੜਾ ਹੈ
ਕੋਈ ਵਧੀਆ ਬਜਟ ਨਹੀਂ ਕਿਹਾ ਜਾ ਸਕਦਾ। ਬਜਟ 'ਚ ਮੂਲਭੂਤ ਕੋਈ ਬਦਲਾਵ ਕੀਤੇ ਜਾਣੇ ਚਾਹੀਦੇ ਸੀ, ਨਹੀਂ ਕੀਤੇ ਗਏ। ਜਿੱਦਾਂ 3 ਲੱਖ ਦੀ ਬਜਟ ਮਕੀ ਕੀਤਾ ਇਹਨਾਂ ਨੇ, 3 ਲੱਖ ਤੋਂ ਮਕੀ ਇਹ ਨਹੀਂ ਲੱਗਦਾ ਕਿ ਥੋੜ੍ਹਾ ਜਿਹਾ ਜ਼ਿਆਦਾ ਹੋਇਆ ਜਾਵੇ? ਦੇਖੋ, ਜਿੰਨੀ ਜ਼ਿਆਦਾ ਰਫਤਾਰ ਨਾਲ ਮਹਿੰਗਾਈ ਵਧੀ ਆ, ਸਰਕਾਰ ਤਾਂ ਇਹ ਵਾਰ ਵਾਰ ਕਹਿ ਰਹੀ ਹੈ ਮਹਿੰਗਾਈ ਨਹੀਂ ਵਧੀ। ਅੱਜ ਕੋਈ ਵੀ ਸਬਜ਼ੀ ਲੈਣ ਚਲ ਜਾਓ ਜਿਹੜੀ ਕੋਈ ਨਾਮ ਨਹੀਂ ਖਾਂਦਾ, ਹਰੀਆਂ ਸਬਜ਼ੀਆਂ ਦਾ ਰਾਮ ਤੁਰੀ ਘੀਆ ਵਗੈਰਾ ਅਸੀਂ ਕਹਿ ਦਿੰਦੇ ਹਾਂ, ਉਹ 100-120 ਰੁਪਏ ਕਿਲੋ ਮਿਲਦੀ ਆ। ਆਲੂ, ਪਿਆਜ, ਟਮਾਟਰ, ਹਰ ਚੀਜ਼ ਮਹਿੰਗੀ ਆ। ਘਰ ਦੀ ਰਸੋਈ ਤਾਂ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਆ। ਉਸ ਦੇ ਵਿੱਚ ਸਰਕਾਰ ਨੇ ਕੋਈ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਨਾ ਦੇ ਕੇ ਇੱਕ ਗ੍ਰਹਿਣੀਆਂ ਲਈ ਵੀ ਮੁਸ਼ਕਲ ਖੜੀ ਕੀਤੀ ਆ ਕਿ ਆਪਣਾ ਕਿੱਦਾਂ ਘਰ ਦਾ ਉਹ ਖਰਚਾ ਚਲਾਉਣਾ, ਅਤੇ ਉਹਦੇ 'ਚ ਕੀ ਕਿਸੇ ਨੂੰ ਮਿਲਿਆ ਕੁਛ ਨਜ਼ਰ ਨਹੀਂ ਆ ਰਿਹਾ। ਤੁਹਾਨੂੰ ਇਹ ਕਿੱਦਾਂ ਦਾ ਲੱਗਦਾ ਬਜਟ? ਇਹ ਬਜਟ ਕੋਈ ਬਹੁਤਾ ਵਧੀਆ ਬਜਟ ਨਹੀਂ ਗਿਣਿਆ ਜਾ ਸਕਦਾ ਕਿ ਆਮ ਵਿਅਕਤੀ ਨੂੰ ਕੁਛ ਨਹੀਂ ਪ੍ਰਾਪਤੀ ਹੋਈ, ਉਸਨੂੰ ਉੱਦਾਂ ਹੀ ਦੁਬਾਰਾ ਮਹਿੰਗਾਈ ਦੇ ਨਾਲ ਜੂਝਣਾ ਪੈਣਾ। ਹਾਂਜੀ ਸਰ, ਜਿਹੜਾ ਅੱਜ ਸੈਂਟਰ ਸਰਕਾਰ ਨੇ ਇੱਕ ਬਜਟ ਪਾਸ ਕੀਤਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ? ਉਹਦੇ ਬਾਰੇ ਇਹ ਹੈ ਕਿ ਜਿਹੜੀ ਸੈਂਟਰ ਗੌਰਮੈਂਟ ਆ, ਅੱਜ ਬਜਟ ਦੇ ਵਿੱਚ ਹੈ ਕੁਛ ਨਹੀਂ, ਵੈਸੇ ਤਾਂ ਖਾਸ ਨਹੀਂ ਕੁਛ ਹੈਗਾ। ਉਹਨਾਂ ਨੇ ਕੀ ਕੀਤਾ ਕਿ ਜਿਹੜੀ ਵਿਸਾਖੀਆਂ ਸੀ, ਦੋ ਸਿਰਫ ਵਿਸਾਖੀਆਂ ਨੂੰ ਉਹਨਾਂ ਨੇ ਪੈਸਾ ਦਿੱਤਾ, ਔਰ ਬਜਟ ਦਾ ਫਾਇਦਾ ਵੀ ਉਹਨਾਂ ਵਿਸਾਖੀਆਂ ਨੂੰ ਹੀ ਮਿਲਣਾ ਆ। ਅਤੇ ਜੋ ਸਾਡੇ ਪੰਜਾਬ ਨਾਲ ਵਿਤਕਰਾ ਕੀਤਾ, ਕਿਉਂਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਲਈ ਕੁਛ ਨਹੀਂ ਕੀਤਾ, ਕੋਈ ਐਜੂਕੇਸ਼ਨ ਦੇ ਬਜਟ ਨਹੀਂ ਪਾਸ ਕੀਤਾ, ਕੋਈ ਪੰਜਾਬ ਦੇ ਵਿੱਚ ਜੋ ਕਿ ਇੰਨੇ ਨਸ਼ਿਆਂ ਦੇ ਹਾਲਾਤ ਮਾੜੇ ਆ ਉਹਨੂੰ ਕੰਟਰੋਲ ਕਰਨ ਲਈ ਕੁਛ ਨਹੀਂ ਕੀਤਾ। ਸਾਡਾ ਬਾਰਡਰ ਏਰੀਆ ਪੈਂਦਾ ਪੰਜਾਬ ਪਾਕਿਸਤਾਨ ਦੇ ਨਾਲ, ਅਕਸਰ ਉੱਥੇ ਡਰੋਨ ਆਉਂਦੇ ਆ ਕੁਛ, ਯਾਨੀ ਕਿ ਜਿਹੜੀ ਸਰਕਾਰ ਦੀ ਪੋਲਿਸੀ ਚਾਹੀਦੀ ਸੀ ਕਿ ਫਾਇਨੈਂਸ ਮਿਨਿਸਟਰ ਨੂੰ ਜਿਹੜਾ ਫਾਇਨੈਂਸ ਦੇ ਅੰਦਰ ਆਉਂਦਾ ਸੀਗਾ, ਉਹ ਜੋ ਕਿ ਰੱਖਿਆ ਮੰਤਰਾਲੇ ਦੇ ਅੰਦਰ ਆਉਂਦਾ, ਉਹਦੇ ਲਈ ਬਜਟ ਚਾਹੀਦਾ ਸੀਗਾ ਸਾਨੂੰ ਪੰਜਾਬ ਦੇ ਲਈ, ਉਹ ਵੀ ਨਹੀਂ ਦਿੱਤਾ। ਸਾਡੇ ਪੰਜਾਬ ਦੇ ਆਪਾਂ ਜੇ ਗੱਲ ਕਰੀਏ, ਸਾਡੇ ਪੰਜਾਬ ਦੇ ਪੱਲੇ ਕੁਛ ਨਹੀਂ ਪਿਆ ਇਸ ਬਜਟ ਦੇ ਵਿੱਚ। ਅਤੇ ਮਿਡਲ ਕਲਾਸ ਨੂੰ ਕੀ ਕਿੱਦਾਂ ਲੱਗਦਾ? ਮਿਡਲ ਕਲਾਸ ਤਾਂ ਦੇਖੋ ਜੀ, ਹਮੇਸ਼ਾ ਹੀ ਇੱਕ ਆਪਣੇ ਦੇਸ਼ ਦੀ ਇੱਕ ਰੀੜ੍ਹ ਦੀ ਹੱਡੀ ਆ, ਲੇਕਿਨ ਇਹ ਸਰਕਾਰ ਨੇ ਉਹ ਰੀੜ੍ਹ ਦੀ ਹੱਡੀ ਨੂੰ ਹੀ ਕਮਜ਼ੋਰ ਕਰਨਾ ਇਹ ਸਿੱਖਿਆ ਆ। ਅਤੇ ਅੱਜ ਵੀ ਇਸ ਬਜਟ ਦੇ ਵਿੱਚ ਮਿਡਲ ਕਲਾਸ ਦੇ ਵਿੱਚ ਕੁਛ ਨਹੀਂ ਹੈਗਾ। ਹਾਂ, ਜਿਹੜਾ ਜਿਹੜਾ ਅਪਰ ਕਲਾਸ ਆ, ਲੋਕ ਆ, ਅਮੀਰ ਲੋਕ ਆ, ਉਹਨਾਂ ਲਈ ਹੀ ਇਹ ਬਜਟ ਆ। ਪਹਿਲਾਂ ਵੀ ਅਡਾਨੀ ਅੰਬਾਨੀ ਲਈ ਬਜਟ ਸੀ ਅਤੇ ਹੁਣ ਵੀ ਉਹਨਾਂ ਲਈ ਬਜਟ ਹੈ।